अस्सलाम वालेकुम यूट्यूब दी दुनिया दोस्तों, कैसे हो? सब ठीक ठाक हो? मैं तुहाड़ा वीर हकीम मुहम्मद एजाज अली और तुसीं देख रहे हो मेरा यूट्यूब चैनल। अज बुध जुमेरात शरीफ और अज तारीख हैगी 27 जून 2024। बरको टाउन तों तुर पे जनाबी अली मामे कलोनी फलाई ओवर वाल ਅਸਫਾਲਟ ਮੁਕੰਮਲ ਹੋਣ ਤੋਂ ਬਾਅਦ ਜਿਹੜੀਆਂ ਸਾਈਡਾਂ 'ਤੇ ਰਹਿ ਗਈਆਂ ਨੇ ਯਾਰ, ਇਹਨਾਂ ਦੇ ਜਿਹੜੇ ਕਿ ਦੁਕਾਨਾਂ ਦਾ ਫਰੰਟ ਜਿਹੜਾ ਅਸੀਂ ਕਹਾਂਗੇ ਉਹਦੀ ਤਬਾਹੀ ਫਿਰੀ ਪਈ ਹੈ ਅਤੇ ਉਹਦੇ 'ਤੇ ਕੋਈ ਕੰਮ ਨਹੀਂ ਕਰ ਰਹੇ। ਉਹਨਾਂ ਨੂੰ ਵਿਚਾਰਿਆਂ ਨੂੰ ਪਰੇਸ਼ਾਨ ਕਰਕੇ ਰੱਖਿਆ ਇਹਨੇ, ਅਤੇ ਉਮੀਦ ਹੈ ਕਿ ਅੱਲਾ ਕਰੇ ਮਾਮਲਾ ਯਸਮੈਸ ਹੋ ਜਾਵੇ। ਚੱਲੇ ਬਲੌਗ ਤਿਆਰ ਕਰਨੇ ਜੀ, ਕੀ ਹੈ ਕੀ ਕਰਦੇ ਇਹ ਰੋਡ ਤਾਂ ਦੇਖ ਰਹੇ ਹੈ ਕੰਪੈਕਸ਼ਨ ਕੰਪੈਕਸ਼ਨ ਮਜ਼ਬੂਤੀ ਮਜ਼ਬੂਤੀ ਚੈੱਕ ਕਰ। ਅੱਛਾ, ਤੁਹਾਡੇ ਕੋਲ ਇਲਮ ਹੈ ਜਿਹੜਾ ਫਲਾਈ ਓਵਰ ਦਾ ਥੱਲੜਾ ਹਿੱਸਾ ਹੈ ਇਹਦੇ ਕੀ ਤਿਆਰ ਹੋਣਾ? ਟਫਟਾ ਲੱਗਣੀ ਹੈ ਜਾਂ ਘਾਸ ਵਗੈਰਾ? ਘਾਸ ਰੋਡ ਜਿਹੜੀ ਥੱਲੇ ਹੈ? ਹਾਂ, ਰੋਡ ਦੇ ਥੱਲੇ। ਕਿੰਨੀ ਦੇਰ 'ਚ ਪਤਾ ਲੱਗ ਜਾਏਗਾ ਇਹਦਾ? ਕਿੰਨੀ ਦੇਰ 'ਚ ਪਤਾ ਲੱਗ ਜਾਏਗਾ ਇਹਦਾ? ਟੈਸਟਿੰਗ ਹੋ ਗਈ, ਟੈਸਟਿੰਗ ਹੋਣਾ ਲੈ ਬੈਟਰੀ ਇੱਕ ਹੋ ਜਾਏ। ਯਾਨੀ ਇਹ ਤੁਸੀਂ ਕੱਢਿਆ ਦਿਖਾਉਣਾ ਜਿਹੜਾ ਕੱਢਿਆ ਵਿੱਚੋਂ? ਮਜ਼ਬੂਤੀ ਵਾ, ਮਜ਼ਬੂਤੀ ਨਹੀਂ, ਇਸਕੀ ਥਿਕਨੈਸ ਵਗੈਰਾ ਦੇਖਤੇ ਹੈ ਉਸਮੇ ਕਿ ਇਹਦੀ ਥਿਕਨੈਸ ਕਿੰਨੇ ਸੈਂਟੀਮੀਟਰ ਹੈਗੀ। ਕੰਪੈਕਟ ਹੈ ਕਿ ਨਹੀਂ ਹੈ? ਕੰਪੈਕਟ ਤੋਂ ਮਰਾ ਜੀ ਭੁੱਲੇ ਚੜਦੇ ਨੇ ਹੇਅਰ ਵਾਇਸ ਕੇ ਨਹੀਂ। ਸਹੀ ਸਹੀ ਵੀਡੀਓ ਸੁਣਦੇ ਰਹੇ ਤੁਸੀਂ ਗੱਲਾਂ ਬਾਤਾਂ। ਕੰਮ ਸ਼ੁਰੂ ਦੁਬਾਰਾ ਹੋ ਚੁੱਕਿਆ ਫਲਾਈਓਵਰ ਦੇ ਅਸਫਾਲਟ ਦਾ, ਅਤੇ ਇਹਦੀ ਜਿਹੜੀ ਥਿਕਨੈਸ ਵਗੈਰਾ ਔਰ ਇਹਦੀ ਮਜ਼ਬੂਤੀ ਔਰ ਇਹਦੀ ਪਿਆਜ਼ਦਾਰੀ ਵਾਸਤੇ ਕੁਛ ਜਗ੍ਹਾ ਤੋਂ ਇਹਨਾਂ ਸੈਂਪਲ ਜੇ ਫੜੇ ਨੇ ਔਰ ਉਹਨਾਂ ਲੈਬਾਰਟਰੀ 'ਤੇ ਜਾ ਕੇ ਚੈੱਕ ਕਰਾਉਣੇ ਨੇ ਅਤੇ ਉਸ ਤੋਂ ਬਾਅਦ ਇਹਨੂੰ ਓਕੇ ਕਰਨਾ ਜਾਂ ਨਹੀਂ ਕਰਨਾ। ਅਸੀਂ ਆ ਕੇ ਮਾਮੇ ਕਲੋਨੀ ਫਲਾਈਓਵਰ ਦੇ ਸੈਕਿੰਡ ਯੂ ਟਰਨ ਵਿਚਕਾਰਲਾ ਯੂ ਟਰਨ ਦੋਵਾਂ ਸਾਈਡਾਂ ਤੋਂ, ਅਤੇ ਸਾਹਮਣੇ ਮਾਮੇ ਕਲੋਨੀ ਮਾਮੇ ਕਲੋਨੀ ਮਸਜਿਦ ਅਸੀਂ ਇੰਟਰ ਕਰਨ ਲੱਗੇ ਹਾਂ। ਕੀ ਸੂਰਤ ਹਾਲ ਮਸਜਿਦ ਦੀ? ਇਹ ਬਿਸਮਿਲ੍ਲਾ ਪੜ੍ਹ ਲਓ ਮਸਜਿਦ ਦੀ ਦੁਆ ਦਾ ਮੰਗ ਲਓ, ਅੱਲਾਹੁਮਾ ਇਫਤੀ ਲਬਾਬੀ ਕਵਰ ਹਮਦ, ਅੱਲਾਹ ਆਪਣੀ ਰਹਿਮਤ ਅਤੇ ਫਜ਼ਲ ਦੇ ਦਰਵਾਜ਼ਾ ਖੋਲ। ਲਓ ਜੀ ਮਾਸ਼ਾ ਅੱਲਾਹ ਮਸਜਿਦ ਤਿਆਰ ਹੋ ਚੁੱਕੀ ਹੈ, ਅਲਹਮਦੁਲਿਲਾ ਅਲਹਮਦੁਲਿਲਾ। ਮਸਜਿਦ ਦੀ ਸਫ਼ਾ ਵਿਛ ਗਈਆਂ ਨੇ, ਘੜੀ ਲੱਗੀ ਪਈ ਹੈ, ਪੱਖੇ ਲੱਗ ਗਏ, ਮਿੰਬਰ ਬਣ ਗਿਆ, ਮਿੰਬਰ ਦੇ ਨਾਲ ਜਿਹੜੀ ਉਹ ਘੜੀ ਲੱਗਦੀ ਹੈ ਕਿ ਵੀ ਉੱਥੇ ਟਾਈਮ ਲਿਖਿਆ ਹੁੰਦਾ ਹੈ ਕਿ ਵੀ ਫਜਰ ਕਿੰਨੇ ਵਜੇ, ਜ਼ੁਹਰ ਕਿੰਨੇ ਵਜੇ, ਅਸਰ ਕਿੰਨੇ ਵਜੇ, ਮਗਰਬ ਅਤੇ ਇਸ਼ਾ ਕਿੰਨੇ ਕਿੰਨੇ ਵਜੇ ਹੈ, ਅਤੇ ਇਹਦੇ ਨਾਲ ਜੁਮੇ ਦਾ ਵੀ ਟਾਈਮ ਲਿਖਿਆ ਹੁੰਦਾ ਹੈ। ਅਲਹਮਦੁਲਿਲਾ ਮਸਜਿਦ ਕਾਫੀ ਕੰਮ ਕੰਪਲੀਟ ਹੋ ਚੁੱਕਿਆ। ਮਸਜਿਦ ਜੇ ਟਾਇਲ ਪੱਥਰ ਵਾਲਾ ਕੰਮ ਰਹਿ ਗਿਆ ਬਾਕੀ, ਅਤੇ ਉਸ ਤਰ੍ਹਾਂ ਮਸਜਿਦ ਦੇ ਵਿੱਚ ਨਮਾਜ਼ ਵਗੈਰਾ ਵਾਸਤੇ ਕੰਮ ਜਾਰੀ ਉਸਾਰੀ ਹੋ ਗਿਆ। ਇਹ ਮਸਜਿਦ ਜਨਾਬ ਵਜ਼ੂ ਖਾਨੇ ਦੀਆਂ ਟੂਟੀਆਂ ਉਹ 5-7 ਇੱਧਰ ਲੱਗੀਆਂ ਨੇ, ਨਾਲ ਵਾਸ਼ਰੂਮ ਹੈ, 3 ਵਾਸ਼ਰੂਮ ਬਣੇ ਨੇ ਔਰ ਇਸ ਤੋਂ ਇਲਾਵਾ ਵੀ 2 ਵਾਸ਼ਰੂਮ ਹੋਰ ਨੇ ਅਤੇ ਨਾਲ ਟੂਟੀਆਂ ਵੀ ਹੋਰ ਨੇ, ਉਹ ਵੀ ਤੁਹਾਨੂੰ ਵਿਜ਼ਿਟ ਕਰਾਵਾਂਗੇ। ਇਹ ਟਾਇਲ ਪੱਥਰ ਲੱਗ ਚੁੱਕੇ ਆ,
ਜੋ ਵੀ ਇਹਨੂੰ ਕੋਈ ਪੱਥਰ ਕਹਾਂਗੇ ਇਹਨੂੰ ਅਤੇ ਥੱਲੇ ਟਾਇਰ ਮਾਸ਼ਾਅੱਲਾ NLSE ਦੀ ਕੰਪਨੀ ਦਾ ਇਹ ਬੜਾ ਵੱਡਾ ਮਾਰਕ ਹੈ ਜਨਾਬੇ ਵਾਲੀ ਮਸਜਿਦ ਅੱਲਾਹ ਦਾ ਘਰ ਤਿਆਰ ਕੀਤਾ ਨੇ ਬੜੀ ਮਾਸ਼ਾਅੱਲਾ ਖੂਬਸੂਰਤ ਮਸਜਿਦ ਬਣ ਗਈ ਹੈ। ਅੱਛਾ ਜਨਾਬੇ ਵਾਲੀ ਇਹ ਸਾਈਡ 'ਤੇ ਵਜ਼ੂਖਾਨਾ ਔਰ ਇਹਦੇ ਬਿਲਕੁਲ ਸਾਹਮਣੇ ਵਾਲੀ ਸਾਈਡ 'ਤੇ ਇਹਦਾ ਵਾਸ਼ਰੂਮ ਵੀ ਤਿਆਰ ਕੀਤੇ ਗਏ ਨੇ। ਆਪਾਂ ਚੱਲਣੇ ਛੱਤ, ਛੱਤ ਕੀ ਸੂਰਤ ਹਾਲ ਹੈ? ਇਹ ਪੌੜੀਆਂ ਚੜ੍ਹਦੇ ਪਏ, ਪੌੜੀਆਂ ਚੜ੍ਹਦੇ ਦਵਾ ਅੱਲਾਹੁ ਅਕਬਰ ਅੱਲਾਹੁ ਅਕਬਰ, ਔਰ ਉਤਰਨ ਦੀ ਦਵਾ ਗਈ ਸੁਬਹਾਨ ਅੱਲਾਹ ਸੁਬਹਾਨ ਅੱਲਾਹ ਸੁਬਹਾਨ ਅੱਲਾਹ। ਲਓ ਜਨਾਬ ਮੇਰੇ ਛੱਤ ਆ ਗਏ, ਛੱਤ ਵੀ ਕੋਈ ਕੰਮ ਹੋ ਰਿਹਾ ਹੈ, ਕੀ ਹੋ ਰਿਹਾ ਕੰਮ ਇਹ ਜ਼ਰਾ ਪੁੱਛ ਕੇ ਦੱਸਣੇ ਜਨਾਬ ਵਾਲੀ ਪੁੱਛਿਆ ਜੀ ਇਹਨਾਂ ਕੋਲੋਂ ਅਤੇ ਇਹਨਾਂ ਦੱਸਿਆ ਜੀ ਛੱਤ ਉੱਤੇ ਲੁੱਕ ਪਾ ਕੇ ਉਸ ਵਕਤ ਮਿੱਟੀ ਪਾਉਣੀ ਹੈ, ਮਿੱਟੀ ਪਾ ਕੇ ਉੱਤੇ ਟਾਇਲ ਪੱਥਰ ਲੱਗ ਜਾਏਗਾ ਅਤੇ ਛੱਤ ਕੰਪਲੀਟ ਹੋ ਜਾਏਗੀ। ਮਾਸ਼ਾਅੱਲਾ ਮਾਸ਼ਾਅੱਲਾ ਅਤੇ ਮਾਸ਼ਾਅੱਲਾ ਮਸਜਿਦ ਅਲਹਮਦੁਲਿਲਾ ਇੱਕ ਦੋ ਦਿਨਾਂ ਤੱਕ ਇਹਦਾ ਕੰਮ ਕੰਪਲੀਟ ਹੋ ਜਾਏਗਾ ਜਾਂ ਬੜਾ ਇੱਕ ਹਫ਼ਤੇ ਦੇ ਵਿੱਚ ਕੰਪਲੀਟ ਹੋ ਜਾਏਗਾ ਮਸਜਿਦ ਅਤੇ ਨਮਾਜ਼ੀ ਨਮਾਜ਼ ਪੜ੍ਹਨਗੇ। ਨਮਾਜ਼ੀਆਂ ਨੂੰ ਵੀ ਸਵਾਬ ਤਾਂ ਲੱਭਣਾ, ਨਾਲ NLSE ਕੰਪਨੀ ਨੂੰ ਵਾਲਿਆਂ ਨੂੰ ਵੀ ਜਿੰਨਾ ਕੰਮ ਕੀਤਾ ਫਰੀ ਉਹਨਾਂ ਨੂੰ ਵੀ ਸਵਾਬ ਲੱਭੇਗਾ। ਇਹ ਦੀਵਾਰ 'ਤੇ ਪਾਣੀ ਲਗਾ ਕੇ ਇਹਦੇ ਇੱਟਾਂ ਨੂੰ ਤਰ ਕਰਦੇ ਪਏ ਨੇ ਇਸ ਸਾਈਡਾਂ 'ਤੇ ਜਿਹੜੇ ਦੀਵਾਰਾਂ ਨੇ ਇਹਨਾਂ ਨੂੰ ਵੀ ਪਲਸਤਰ ਕਰਨਾ ਹੈ। ਇੱਥੇ ਆਪਣਾ ਅੱਜ ਦੀ ਵੀਡੀਓ ਤਾਂ ਖਤਮ ਕਰਨੇ ਆ, ਔਰ ਤੁਹਾਡੇ ਕੋਲ ਇਜਾਜ਼ਤ ਚਾਹੁੰਦੇ ਹਾਂ ਅਗਲੀ ਵੀਡੀਓ ਤੱਕ। ਅੱਲਾ ਹਾਫਿਜ਼, ਤਾਜ ਦਾਰੇ ਖਤਮ ਨਬੂਵਤ ਜ਼ਿੰਦਾਬਾਦ ਜ਼ਿੰਦਾਬਾਦ, ਲਬੈਕ 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 ਯਾ ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਸੱਲਮ, ਮਨ ਸੱਬਾ ਨਬੀਨ ਫਕਤੁਲਹੁ, ਮਨ ਸੱਬਾ ਨਬੀਨ ਫਕਤੁਲਹੁ, ਅਵਲ ਹਮਦ ਸਨਾ ਇਲਾਈ, ਓ ਮਾਲਕ ਹਰ ਹਰਤਾ, ਉਸ ਦਾ ਨਾਮ ਪੁਕਾਰਨ ਵਾਲਾ ਅਤੇ ਕਿਸੇ ਮੈਦਾਨ ਨਹੀਂ ਹਰਦਾ। ਸਦਕਾ।